ਇਨਸਾਨੀ ਰੂਹ ਕੋ ਰੂਹਾਨੀ ਗਿਜ਼ਾ ਦੀ ਲੋੜ ਹੈ ਅਤੇ ਮੌਸੀਕੀ ਰੂਹ ਦੀ ਗਿਜ਼ਾ ਦਾ ਇੱਕ ਹਿੱਸਾ ਹੈ। ਹੀ ਕਿਤੇ ਝੋਕ ਝਲਾਰ ਮੌਸੀਕੀ ਦਾ ਪ੍ਰੋਗਰਾਮ ਹੈ ਅਤੇ ਭੁੱਖੀ ਰੂਹ ਦੀ ਗਿਜ਼ਾ ਹੈ। ਖਾਨ ਖਲੀਕ ਝੋਕ ਝਲਾਰ ਪ੍ਰੋਗਰਾਮ ਦੇ ਨਾਲ ਹਾਜ਼ਰ ਸਾਈ ਸਲਾਮ ਥੀਵੇ। ਸੁਣੋ ਸਾਈ, ਬਾਈਬਲ ਮੁਕੱਦਸ ਵਿੱਚ ਪਾਕੀਜ਼ਗੀ ਦਾ ਇਤਲਾਕ ਸਭ ਤੋਂ ਪਹਿਲੇ ਖੁਦਾ ਤੇ ਥੀਂਦੇ। ਇਹਦਾ ਮਤਲਬ ਇਹ ਹੈ ਜੋ ਖੁਦਾ ਮਖਲੂਕਾਤ ਤੋਂ ਬਿਲਕੁਲ ਅਲੱਗ ਅਤੇ ਅਲੈਦਾ ਹੈ, ਉਹ ਆਲਾ ਹੈ ਅਤੇ ਕੋਈ ਉਹਦੇ ਨਜ਼ਦੀਕ ਨਹੀਂ ਆ ਸਕਦਾ। ਸਿਰਫ ਉਹੇ ਜਿਹੜੇ ਦਿਲ ਦੀ ਪਾਕੀਜ਼ਗੀ ਰੱਖੇਂਦੇ ਨੇ ਉਹਦੇ ਸਾਹਮਣੇ ਖੜੋ ਸਕਦੇ ਨੇ। ਖੁਦਾ ਗੁਨਾਹ ਅਤੇ ਨਾਪਾਕੀ ਤੋਂ ਅਲੱਗ ਹੋਣ ਦੀ ਵਜ੍ਹਾ ਤੋਂ ਮਖਲੂਕਾਤ ਤੋਂ ਅਲੱਗ ਹੈ। ਇੰਜੀਲ ਸ਼ਰੀਫ ਵੀ ਇਹ ਤਾਲੀਮ ਦਿੰਦੀ ਹੈ ਜੋ ਪਾਕੀਜ਼ਗੀ ਸਿਰਫ ਇਹ 'ਚ ਨਹੀਂ ਜੋ ਸਾਡੇ 'ਚ ਅਖਲਾਕ ਹਸਨਾ ਹਨ, ਬਲਕਿ ਇਹ 'ਚ ਜੋ ਸਾਡਾ ਤਾਲੁਕ ਜਿਹੜਾ ਖੁਦਾ ਨਾਲ ਹੈ ਠੀਕ ਹੋਵੇ। ਤਕਦੀਸ ਖੁਦਾ ਦਾ ਇੱਕ ਫੋਕੁਲ ਫਿਤਰਤ ਕੰਮ ਹੈ। ਇਹ ਇਨਸਾਨ ਦੀ ਰੂਹ ਵਿੱਚ ਇਹ ਇੱਕ ਇਲਾਹੀ ਤਾਸੀਰ ਹੈ ਜਿਹਦੇ ਜ਼ਰੀਏ ਨਾਲ ਨਵੀਂ ਅਤੇ ਪਾਕ ਜ਼ਿੰਦਗੀ ਮਿਲਦੀ ਹੈ, ਕੂਵਤ ਹਾਸਿਲ ਕਰੇਂਦੀ ਹੈ, ਨੇਕ ਆਦਮੀ ਇਹ 'ਚ ਵੱਧਦੀ ਵਹਿੰਦੀ ਹੈ। ਤਕਦੀਸ ਖੁਦਾ ਦਾ ਕੰਮ ਹੈ ਅਤੇ ਜਿੱਥਾਂ ਖੁਦਾ ਈ ਕੰਮ ਵਿੱਚ ਵਸਾਇਲ ਇਸਤੇਮਾਲ ਕਰੇਂਦੇ ਉੱਥਾਂ ਇਨਸਾਨ ਦੇ ਤਾਵਨ ਦੀ ਵੀ ਲੋੜ ਹੈ। ਉਹ ਨਿਜਾਸਤ ਜਿਹੜੀ ਇਨਸਾਨ ਦੇ ਦਿਲ ਵਿੱਚ ਗੁਨਾਹ ਦੀ ਵਜ੍ਹਾ ਤੋਂ ਹੁੰਦੀ ਹੈ ਹੌਲੇ ਹੌਲੇ ਘੱਟ ਦਿੱਤੀ ਵੈਂਦੀ ਹੈ ਅਤੇ ਪੁਰਾਣੀ ਇਨਸਾਨੀਅਤ ਮਸਲੂਬ ਕੀਤੀ ਵੈਂਦੀ ਹੈ। ਇਨਸਾਨ ਦੀ ਰੂਹ ਦੀ ਨਵੀਂ ਅਤੇ ਪਾਕ ਤਬੀਅਤ ਕੋ ਕੁਵਤ ਮਿਲਦੀ ਹੈ, ਨੇਕ ਅਮਾਲ ਵਿੱਚ ਵੱਧਦੀ ਹੈ ਅਤੇ ਇਵੇਂ ਅਸਾਂ ਨਵੀਂ ਜ਼ਿੰਦਗੀ ਗੁਜ਼ਰੇਂਦੇ ਹਾਂ, ਯਾਨੀ ਰੂਹਾਨੀ ਇਤਬਾਰ ਨਾਲ ਜ਼ਿੰਦਾ ਥੀਂਦੇ ਹਾਂ। ਇਹਦਾ ਅਸਰ ਸਾਡੀ ਸਾਰੀ ਇਨਸਾਨੀਅਤ ਜਾਂ ਤਬੀਅਤ 'ਤੇ ਥੀਂਦੇ। ਜਿਹੜੀ ਤਬਦੀਲੀ ਅੰਦਰੂਨੀ ਜ਼ਿੰਦਗੀ 'ਚ ਕੀਤੀ ਵਹਿੰਦੀ ਹੈ ਉਹਦਾ ਅਸਰ ਬੈਰੂਨੀ ਜਾਂ ਜ਼ਹਿਰੀ ਜ਼ਿੰਦਗੀ 'ਤੇ ਵੀ ਥੀਂਦੇ। ਜਿਹਦਾ ਮਤਲਬ ਇਹ ਹੈ ਜੋ ਅਸਾਂ ਆਜ਼ਮਾਇਸ਼ਾਂ 'ਤੇ ਗਾਲਿਬ ਹੋਂ, ਗੁਨਾਹਾਂ ਤੋਂ ਬਾਜ਼ ਰਹੋਂ ਅਤੇ ਪਾਕੀਜ਼ਗੀ ਦੀ ਜ਼ਿੰਦਗੀ ਗੁਜ਼ਾਰੋਂ। ਸੱਚ ਦੀ ਰਾਹ ਤਾਂ ਜੋ ਖੌਫ ਖੁਦਾ ਰਹਿ ਮੰਨੇ ਦਿਲ ਇੱਕ ਪਾਸੇ ਲਾ ਤਾਰੀ ਆਪਣੀ ਰਾਹ ਦੀ ਡੇਰ ਗੁਰ ਸੱਚ ਦੀ ਰਾਹ ਤਾਂ ਜੋ ਖੌਫ ਖੁਦਾ ਰਹਿ ਮੰਨੇ ਇੱਕ ਪਾਸੇ ਦਾ ਤਾਰੀ ਆਪਣੀ ਰਾਹ ਦੀ ਡੇਰਾ ਸਾਇਆ ਪੂਰੇ ਦਿਲ ਨਾਲ ਸਿਫਤਾਂ ਪਾਕ ਸੁਣੇ ਸਾਂ ਯਾ ਰੱਬ ਸਾਇਆ ਪੂਰੇ ਦਿਲ ਨਾਲ ਸਿਫਤਾਂ ਪਾਕ ਸੁਣੇ ਸਾਂ ਤੇਰੇ ਨਾਂ ਦੀ ਵਡਾਈ ਕਰੇ ਸਾਂ ਮੇਰੇ ਪਾਕ ਆਪਣੀ ਰਾਹ ਦੀ ਡੇਰ ਗੁਰ ਸੱਚ ਦੀ ਰਾਹ ਤਾਂ ਜੋ ਖੌਫ ਖੁਦਾ ਰਹਿ ਮੰਨੇ ਦਿਲ ਇੱਕ ਪਾਸੇ ਲਾ ਤਾਰੀ ਆਪਣੀ ਰਾਹ ਦੀ ਡੇਰ ਡਾਢੀ ਰਹਿਮਤ ਹੈ ਕਿਉਂ ਜੋ ਮੈਂ ਤੇ ਰੱਬ ਸੋਹਣੇ ਦੀ
ਡਾਢੀ ਰਹਿਮਤ ਹੈ ਕਬਰ ਦੀ ਛੇਕੜੀ ਤੇ ਤੂੰ ਸੋਣਾ ਮੈਂ ਕੁਤੇ ਕੱਢਿਆ ਤਾਲੀ ਆਪਣੀ ਰਾਦੀ ਦੇ ਰੱਬ ਪੁਰਸਾਂ ਸੱਚ ਦੀ ਰਾ ਤਾਂ ਜੋ ਖੌਫ ਖੁਦਾ ਰਹਿ ਬੰਨੇ ਕਿਲੇ ਇੱਕ ਪਾਸ ਤਾਰੀ ਆਪਣੀ ਰਾਦੀ ਡੇਰਾ ਸੜੇ ਤੇ ਫਖਰੇ ਹੋਏ ਜਾਨ ਦੇ ਬੈਰੀ ਥੇ ਸਿਰ ਸੜੇ ਤੇ ਫਖਰੇ ਹੋਏ ਜਾਨ ਦੇ ਬੈਰੀ ਥੇ ਉਹਨਾਂ ਤੇ ਦੀ ਪਾਕ ਜ਼ਾਤ ਕੋ ਸਾਹਮਣੇ ਨਹੀਂ ਰੱਖਿਆ ਤਾਲੀਮ ਆਪਣੀ ਰਾਦੀ ਦੇ ਰੱਬ ਪੁਰਸਾਂ ਸੱਚ ਦੀ ਰਾ ਤਾਂ ਜੋ ਖੌਫ ਸਹੀ ਗੀਤ ਤੋਂ ਪਹਿਲੇ ਮੈਂ ਗਾਲ ਬੈਠਾ ਕਰਦਾ ਹਾਂ ਜੋ ਤਕਦੀਸ ਦਾ ਨਤੀਜਾ ਜ਼ਿੰਦਗੀ ਦੀ ਪਾਕੀਜ਼ਗੀ ਹੈ ਅਤੇ ਨੇਕ ਅਮਾਲ ਤਕਦੀਸ ਦੇ ਫਲ ਹਨ ਨਹੀਂ ਨੇਕ ਅਮਾਲ ਤੋਂ ਮੁਰਾਦ ਉਹ ਅਮਾਲ ਹਨ ਜਿਹੜੇ ਉਸੂਲਨ ਇਲਾਹੀ ਤਕਾਜ਼ਿਆਂ ਦੇ ਮੁਤਾਬਿਕ ਹੋਵੇ ਅਤੇ ਈ ਵਜ੍ਹਾ ਨਾਲ ਕੀਤੇ ਵੰਨਣ ਜੋ ਅਸਾਂ ਖੁਦਾ ਦੀ ਮਰਜ਼ੀ ਕੋ ਪੂਰਾ ਕਰੋ ਜਿਨ੍ਹਾਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਥੀਵੇ ਜ਼ਹਿਰੀ ਦਿਖਾਵੇ ਦੇ ਨਾ ਹੋਵੇ ਦਿਖਾਵੇ ਵਾਲੇ ਇਮਾਨਦਾਰਾਂ ਦੇ ਸਭ ਤੋਂ ਅੱਛੇ ਕੰਮ ਵੀ ਅਜਰ ਦੇ ਮੁਸਤਹਿਕ ਨਹੀਂ ਕਿਉਂ ਜੋ ਖੁਦਾ ਦਾ ਤਕਾਜ਼ਾ ਕਾਮਿਲ ਪਾਕੀਜ਼ਗੀ ਹੈ ਨਿਜਾਤ ਈ ਬਿਨਾਂ 'ਤੇ ਨਹੀਂ ਮਿਲਦੀ ਜੋ ਕੋਈ ਨੇਕ ਅਮਾਲ ਕਰੇਂ ਦੇ ਲੇਕਿਨ ਇਹ ਖੁਦਾ ਦਾ ਤਕਾਜ਼ਾ ਹੈ ਜੋ ਇਮਾਨਦਾਰਾਂ ਦੀ ਜ਼ਿੰਦਗੀ 'ਚ ਨੇਕ ਅਮਾਲ ਹੋਵੇ ਨੇਕ ਅਮਾਲ ਇਮਾਨ ਦੇ ਫਲ ਹਨ ਨੇਕ ਅਮਾਲ ਸ਼ੁਕਰਗੁਜ਼ਾਰੀ ਦੇ ਇਜ਼ਹਾਰ ਦਾ ਵਸੀਲਾ ਹਨ ਖੁਦਾ ਦੇ ਜਲਾਲ ਕੋ ਜ਼ਾਹਿਰ ਕਰਨ ਕੀਤੇ ਹਨ ਸਾਡੀ ਜ਼ਿੰਦਗੀ ਸਿਰਫ ਉਹਦੀ ਮਦਦ ਨਾਲ ਹੀ ਨੇਕ ਥੀ ਸਕਦੀ ਹੈ ਉਹ ਖਾਸ ਵਸੀਲਾ ਜਿਹੜਾ ਇਸਤੇਮਾਲ ਕੀਤਾ ਵੈਂਦੇ ਖੁਦਾ ਦਾ ਕਲਾਮ ਹੈ ਈਏ 'ਚ ਇਹੋ ਜਿਹੀ ਤਾਲੀਮ ਹੈ ਜਿਹੜੀ ਇਮਾਨਦਾਰਾਂ ਕੋ ਤਰਗੀਬ ਦਿੰਦੀ ਹੈ ਜੋ ਉਹ ਨੇਕ ਅਮਾਲ ਕਰਨ ਉਹਦੀਆਂ ਨਸੀਹਤਾਂ ਅਤੇ ਮਿਸਾਲਾਂ ਸਾਡੀ ਮਦਦ ਕਰੇਂਦੀਆਂ ਹਨ ਜੇ ਖੁਦਾ ਦਾ ਕਲਾਮ ਸਾਡੇ ਕੋਲ ਨਾ ਹੁੰਦਾ ਤਾਂ ਸਾਕੋ ਉਹਨਾਂ ਦੇ ਬਾਰੇ 'ਚ ਕੁਝ ਸਮਝ ਨਾ ਆਉਂਦੀ ਪਾਕੀਜ਼ਗੀ ਦੀ ਇਬਤਦਾ ਉਹ ਵੇਲੇ ਥੀਂਦੀ ਹੈ ਜੈਂ ਵੇਲੇ ਕੋਈ ਸ਼ਖਸ ਮਸੀਹ ਦੀ ਸਲੀਬ 'ਤੇ ਕੁਰਬਾਨੀ 'ਤੇ ਈਮਾਨ ਗਿਣਾ ਕੇ ਇੱਕ ਨਵੀਂ ਜ਼ਿੰਦਗੀ ਗਿੰਦੇ ਅਤੇ ਨਾਲ ਹੀ ਪਾਕ ਰੂਹ ਦੀ ਬਖਸ਼ਿਸ਼ ਜਿਹੜੀ ਉਹ ਮਸੀਹ ਦੇ ਕਲਵਰੀ ਦੇ ਤਜਰਬੇ ਕੋ ਅਪਣਾਉਣ ਦੀ ਤੌਫੀਕ ਦਿੰਦੀ ਹੈ ਪਾਕੀਜ਼ਗੀ ਸਹੀ ਯਕਦਮ ਨਹੀਂ ਆਉਂਦੀ ਇਹ ਇੱਕ ਇਹੋ ਜਿਹਾ ਅਮਲ ਹੈ ਜਿਹੜਾ ਸਾਰੀ ਹਯਾਤੀ ਜਾਰੀ ਰਹਿੰਦੇ ਉਹ ਮਸੀਹ ਦੀ ਆਮਦ 'ਤੇ ਹੀ ਮੁਕੰਮਲ ਥੀ ਸੀ ਇਹ ਇਨਸਾਨ ਦੀ ਆਪਣੀ ਜਿੱਦੋ ਜਹਿਦ ਨਾਲ ਹਾਸਿਲ ਨਹੀਂ ਥੀਂਦੀ ਇਹ ਖੁਦਾ ਦਾ ਅਮਲ ਹੈ ਜਿਵੇਂ ਪੌਲੁਸ ਰਸੂਲ ਦੀ ਦੁਆ ਹੈ ਜੋ ਖੁਦਾ ਆਪ ਹੀ ਤੁਹਾਨੂੰ ਬਿਲਕੁਲ ਪਾਕ ਕਰੇ ਅਤੇ ਤੁਹਾਡੀ ਰੂਹ ਜਾਨ ਅਤੇ ਬਦਨ ਸਾਡੇ ਖੁਦਾਵੰਦ ਯਸੂ ਮਸੀਹ ਦੇ ਆਉਣ ਤਾਈਂ ਪੂਰੇ ਪੂਰੇ ਅਤੇ ਬੇਐਬ ਮਹਫੂਜ਼ ਰਹਿਣ ਈ ਦੁਆ ਦੇ ਨਾਲ ਉਹ ਇਹ ਵੀ ਆਦੇ ਜੋ ਤੁਹਾਡਾ ਸੱਡਣ ਵਾਲਾ ਸੱਚਾ ਹੈ ਉਹ ਇਵੇਂ ਹੀ ਕਰੇ ਸੀ ਰੱਬ ਖੁਦਾਵੰਦ ਆਪ ਸੜੇਂਦੇ ਯੱਕੇ ਜਹਾਂ ਤੂੰ ਬਰਕਤ ਦੇਂਦੇ ਰੱਬ ਖੁਦਾਵੰਦ ਆਪ ਸੜੇਂਦੇ ਯੱਕੇ ਜਹਾਂ
شریف وچ لکھیا ہوئے ہر ویلے خوش رہو بلا ناغا دعا کرو ہر ایک گال شکر گزاری کرو کیوں جو مسیح یسوع وچ تہاڈے بارے خدا دی ایہا مرضی ہے روح کو نہ بجھاؤ نبوتاں دی حکارت نہ کرو سب گالیں کو ازماؤ جیڑی اچھی ہووے اون کو پکڑے رہو ہر قسم دی بدی تو بچے رہو اے اقتباس انجیل شریف تو سنیا تے مزید جانن دے خواہشمند ہو سو خط لکھو ساڈا پتہ ہے پروگرام جھوک جھلار پوسٹ باکس نمبر 117 فیصل آباد پاکستان اجازت دیو سونے رب دے حوالے